ਦੋਸਤ ਗਜ਼ਲ ਦੇ ਸ਼ੇਰ ਹਾਜ਼ਰ ਨੇ ਕਿ ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ ਮਹਿਰਮ ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ ਪੁੱਛ ਉਹਨਾਂ ਦਿਲ ਦਾ ਹਾਲ ਕੀ ਬੀਮਾਰ ਕਰ ਗਿਆ ਮਹਿਰਮ ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ ਪੁੱਛ ਉਹਨਾਂ ਦਿਲ ਦਾ ਹਾਲ ਕੀ ਬੀਮਾਰ ਕਰ ਗਿਆ ਕਦਮਾਂ ਤੋਂ ਕੁਝ ਕੁ ਦੂਰ ਪਰ ਰੂਹੋਂ ਕਰੋੜਾਂ ਮੀਲ ਖੌਰੇ ਪਤਾ ਨਹੀਂ ਕੌਣ ਇਹ ਦੀਵਾਰ ਕਰ ਗਿਆ ਮਾਰਾਂ ਆਵਾਜ਼ ਪਰ ਤਾਵੇ ਫਿਰ ਤੂੰ ਮੇਰੇ ਕੋਲ ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ ਮਾਰਾਂ ਆਵਾਜ਼ ਪਰ ਤਾਵੇ ਫਿਰ ਤੂੰ ਮੇਰੇ ਕੋਲ ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ ਮੈਨੂੰ ਨਜ਼ਰ ਪਰ ਵੇਖਿਆ ਪਹਿਚਾਣਿਆ ਨਹੀਂ ਮੈਨੂੰ ਨਜ਼ਰ ਪਰ ਵੇਖਿਆ ਪਹਿਚਾਣਿਆ ਨਹੀਂ ਦੱਸਾਂ ਕਿਵੇਂ ਮੈਂ ਰੂਹ ਤੇ ਕਿੰਨਾ ਪਾਰ ਕਰ ਗਿਆ ਯਾਦਾਂ ਚੋਂ ਕਾਹਦਾ ਨਿਕਲਿਆ ਦਿਲਦਾਰ ਮਲਕੜੇ ਮੇਰਾ ਵਜੂਦ ਬਰਫ਼ ਠੰਡਾ ਠਾਰ ਕਰ ਗਿਆ ਮੇਰਾ ਖ਼واب ਘੁੱਲ ਗਿਆ ਸ਼ਬਦਾਂ ਚ ਇਸ ਤਰ੍ਹਾਂ ਅੰਬਰ ਸਮੁੰਦਰ ਧਰਤ ਨੂੰ ਪਰਿਵਾਰ ਕਰ ਗਿਆ ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ ਮੁੜਿਆ ਨਾ ਸਾਰੀ ਰਾਤ ਅੱਧਾ ਪਾਰ ਕਰ ਗਿਆ ਧੰਨਵਾਦ ਦੋਸਤੋ ਇਹ ਮੈਂ ਗ਼ਜ਼ਲ ਆਪਣੇ ਬਹੁਤ ਪਿਆਰੇ ਨਿੱਕੇ ਵੀਰ ਹਰਵਿੰਦਰ ਰਿਆੜ ਨੂੰ समर्पित ਕਰਨਾ ਜਿਹੜਾ ਸਾਨੂੰ ਪਿਛਲੇ ਦਿਨੀ ਵਿਛੋੜਾ ਦੇ ਗਿਆ ਧੰਨਵਾਦ ਤੁਹਾਡਾ ਆਪਣਾ ਗੁਰਪ੍ਰਜਨ ਗੇਲ